ਕਰੋਨਾ ਕਾਲ ਨੇ ਮਨੁੱਖ ਨੂੰ ਔਖੀਆਂ ਕੜੀਆਂ ਦਿਖਾ ਦਿੱਤੀਆਂ ਜਿਹੜੀਆਂ ਕਿਸੇ ਨੇ ਵੀ ਸੋਚੀਆਂ ਤੱਕ ਨਹੀਂ ਸੀ। ਕੁਝ ਲੋਕ ਇਹਨਾਂ ਥਪੇੜਾਂ ਦੇ ਕਾਰਨ ਟੁੱਟ ਗਏ ਤੇ ਕੁਝ ਨੇ ਇਹਨਾਂ ਹਾਲਾਤਾਂ ਨੂੰ ਆਪਣੀ ਪ੍ਰੇਰਣਾ ਬਣਾ ਲਿਆ। ਅੰਮ੍ਰਿਤਸਰ ਵਿੱਚ ਇੱਕ ਅਜਿਹਾ ਸ਼ਖਸ ਹੈ ਸੰਜੇ ਕਪੂਰ, ਜਿਸ ਨੇ ਲਾਕਡਾਊਨ ਦੇ ਹਾਲਾਤਾਂ ਨੂੰ ਉਹਨਾਂ ਦਿਨਾਂ ਨੂੰ ਇੰਨੀ ਸ਼ਿੱਦਤ ਦੇ ਨਾਲ ਮਹਿਸੂਸ ਕੀਤਾ ਕਿ ਭੂਤ ਵਰਤਮਾਨ ਭਵਿੱਖ ਅਤੇ ਇਸ ਦੇ ਵਰਤਾਰੇ ਲਈ ਸਰਵ ਸ਼ਕਤੀਮਾਨ ਈਸ਼ਵਰ ਦਾ ਅਹਿਸਾਸ ਜਾਣਿਆ ਕਿ ਇਸ ਨੂੰ ਕਾਵਿ ਰਚਨਾਵਾਂ ਵਿੱਚ ਸਹੇਜ ਕੇ ਰੱਖ ਦਿੱਤਾ। ਸੰਜੇ ਕਪੂਰ ਪੇਸ਼ੇ ਤੋਂ CA ਹੈ। ਕਿਤਾਬਾਂ ਵਿੱਚ ਹਿਸਾਬ ਕਿਤਾਬ ਦਰੁਸਤ ਕਰਨ ਵਿੱਚ ਰੁੱਝੇ ਰਹਿਣ ਵਾਲਾ ਸੰਜੇ ਕਪੂਰ ਲਾਕਡਾਊਨ ਵਿੱਚ ਇੰਨੀ ਤੇਜ਼ੀ ਦੇ ਨਾਲ ਕਵੀ ਦੇ ਰੂਪ ਵਿੱਚ ਉਭਰਿਆ ਕਿ ਤੀਜੀ ਲਹਿਰ ਦੀਆਂ ਸੰਭਾਵਨਾਵਾਂ ਦੀਆਂ ਚੱਲ ਰਹੀਆਂ ਗੱਲਬਾਤਾਂ ਦੌਰਾਨ ਉਸ ਦੀ ਕਿਤਾਬ ਛਪ ਕੇ ਸਾਹਮਣੇ ਆ ਗਈ ਹੈ। ਐਕਚੁਅਲੀ ਵੈਸੇ ਤਾਂ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਇੱਕ ਕਵਿਤਾਵਾਂ ਲਿਖਾਂਗਾ। ਨੋਰਮਲੀ ਚਾਰਟਰਡ ਅਕਾਊਂਟੈਂਟ ਹੋਣ ਦੇ ਨਾਤੇ ਸਾਡਾ ਜ਼ਿਆਦਾ ਕੋਨਸਨਟ੍ਰੇਸ਼ਨ ਆਰਥਿਕ ਵਿਸ਼ਿਆਂ 'ਤੇ ਹੀ ਰਹਿੰਦਾ ਹੈਗਾ ਵੈ। ਬਟ ਇੰਸੀਡੈਂਟਲੀ ਲਾਈਫ 'ਚ ਜਿਸ ਤਰ੍ਹਾਂ ਮੈਂ ਉਸ ਟਾਈਮ ਵੀ ਕਿਹਾ ਹੈਗਾ ਵੈ ਕਿ ਕਈ ਵਾਰੀ ਕੁਛ ਐਸੀ ਘਟਨਾਵਾਂ ਹੋ ਜਾਂਦੀਆਂ ਹੈਗੀਆਂ ਜਿਹਦੇ ਨਾਲ ਤੁਹਾਨੂੰ ਦੇਖਣ ਦਾ ਕਈ ਚੀਜ਼ਾਂ ਨੂੰ ਨਜ਼ਰੀਆ ਬਦਲ ਜਾਂਦਾ ਹੈਗਾ। ਮੈਨੂੰ ਅੱਜ ਵੀ ਯਾਦ ਹੈ ਜਦੋਂ 23 ਮਾਰਚ ਨੂੰ ਪਿਛਲੇ ਸਾਲ ਪ੍ਰਧਾਨ ਮੰਤਰੀ ਜੀ ਨੇ ਲੋਕਡਾਊਨ ਦੀ ਘੋਸ਼ਣਾ ਕੀਤੀ ਸੀ ਅਤੇ ਅਗਲੇ ਦਿਨ ਜਦੋਂ ਮੈਂ ਸਵੇਰੇ ਬਾਲਕਨੀ ਬੈਠਾ ਹੋਇਆ ਤਾਂ ਮੈਨੂੰ ਇਸ ਗੱਲ 'ਤੇ ਹੀ ਬੜਾ ਹਾਸਾ ਆ ਰਿਹਾ ਸੀ ਕਿ ਅੱਜ ਡੇਢ ਮਹੀਨੇ ਨਹੀਂ ਲੋਕ ਘਰਾਂ 'ਚ ਬੰਦ ਹੈ ਅਤੇ ਬਾਹਰ ਜਾਨਵਰ ਪਸ਼ੂ ਪਕਸ਼ੀ ਘੁੰਮਦੇ ਪਏ ਆ ਆਜ਼ਾਦ। ਅਤੇ ਕਿਆ ਕੁਦਰਤ ਕਿੱਡੀ ਇੱਕ ਪਾਵਰਫੁੱਲ ਚੀਜ਼ ਹੈਗੀ ਹੈ ਕਿ ਜੇ ਉਹ ਆਪਣੇ ਆਪ 'ਚ ਸੁਧਾਰ ਕਰਨਾ ਚਾਹੁੰਦੀ ਹੈ ਤਾਂ ਕਿਸੇ ਵੀ ਹੱਦ ਤੱਕ ਕਰ ਸਕਦੀ ਹੈ। ਇੱਕ ਛੋਟਾ ਜਿਹਾ ਜੀਵਾਨੂ ਜੇ ਸਾਰੇ ਵਰਲਡ ਦੇ ਵਿੱਚੋਂ ਜਵਾਨੀ ਦਾ ਟੋਟਲ ਕੀਤਾ ਜਾਵੇ ਤਾਂ ਮੇਰਾ ਖਿਆਲ ਉਹ ਇੰਨਾ ਇਹ ਤੋਂ ਜ਼ਿਆਦਾ ਵੱਡਾ ਪੀਸ ਉਹ ਨਹੀਂ ਬਣੇਗਾ। ਉਹਨੇ ਸਾਰੇ ਵਰਲਡ ਨੂੰ ਠੱਪ ਕਰਕੇ ਰੱਖ ਦਿੱਤਾ। ਲੋਕ ਮਾਰੋ ਮਾਰ 'ਚ ਲੱਗੇ ਹੋਏ ਹੈ, ਭਾਈ ਦੌੜ ਦੇ ਵਿੱਚ ਲੱਗੇ ਹੋਏ ਹੈ, ਪੈਸਾ ਕਮਾਉਣਾ, ਇਹ ਕਰਨਾ, ਉਹ ਕਰਨਾ। ਪਰ ਜੇ ਈਸ਼ਵਰ ਚਾਹੇ ਤਾਂ 5 ਮਿੰਟ 'ਚ ਤੁਹਾਨੂੰ ਆਰਾਮ ਨਾਲ ਘਰ ਬਿਠਾ ਸਕਦਾ ਹੈਗਾ, ਤੁਹਾਡੀ ਸਾਰੀ ਯੋਜਨਾਵਾਂ ਦੇ ਪਾਣੀ ਫੇਰ ਸਕਦਾ। ਔਰ ਸੱਚਾਈ ਹੈਗੀ ਹੈ ਕਿ ਜੇ ਤੁਸੀਂ ਇਨਸਾਨੀਅਤ ਦੇ ਨਾਤੇ ਚੀਜ਼ਾਂ ਨੂੰ ਨਹੀਂ ਦੇਖਦੇ ਆਪਣੇ ਜੀਵਨ ਦੇ ਵਿੱਚ ਔਰ ਕੁਦਰਤ ਦੀ ਮਹੱਤਵ ਨੂੰ ਨਹੀਂ ਸਮਝਦੇ ਹੈਗੇ ਤਾਂ ਮੈਂ ਸਮਝਣਾ ਕਿ ਇਹ ਜੀਵਨ ਬੇਕਾਰ ਹੈ। ਤੁਸੀਂ ਜੀਵਨ 'ਚ ਜੋ ਮਰਜ਼ੀ ਕੰਮ ਕਰੋ ਪਰ ਕੁਦਰਤ ਦੇ ਮਹੱਤਵ ਨੂੰ ਸਮਝ ਕੇ ਸਮਾਜ ਲਈ ਕਾਰਜ ਕਰਨਾ, ਇਹ 2-4 ਚੀਜ਼ਾਂ ਹਰ ਮਨੁੱਖ ਦੇ ਜੀਵਨ ਦੇ ਵਿੱਚ ਹੋਣਾ ਚਾਹੀਦਾ। ਕਹਿ ਸਕਦੇ ਹਾਂ ਸੰਜੀਵ ਜੀ, ਜਦੋਂ ਕਰੋਨਾ ਵਾਇਰਸ ਸੀ, ਲੋਕਡਾਊਨ ਸੀ, ਲੋਕਾਂ ਵਾਸਤੇ ਇੱਕ ਬੜਾ ਮਤਲਬ ਡਿਪਰੈਸ਼ਨ ਦਾ ਟਾਈਮ ਸੀਗਾ ਉਸ ਵੇਲੇ, ਅਤੇ ਇਹਦੀਆਂ ਸਥਿਤੀ ਸਾਰੀਆਂ ਤੁਹਾਡੇ ਅੰਦਰ ਦਾ ਕਵੀ ਜਗਾਤਾ, ਤੁਹਾਡੇ ਅੰਦਰ ਦੀ ਸੰਵੇਦਨਸ਼ੀਲਤਾ ਜਿਹੜੀ ਸੀ ਉਹਨੂੰ ਜਗਾਤਾ ਇਸ ਲੋਕਡਾਊਨ ਨੇ? ਕੁਛ ਹੱਦ ਤੱਕ ਇਹ ਗੱਲ ਵੀ ਬਿਲਕੁਲ ਸਹੀ ਹੀ ਹੈ ਕਿਉਂਕਿ ਮੈਂ ਸੋਚਦਾ ਸੀ ਕਿ ਟਾਈਮ ਪਾਸ ਕੈਸੇ ਕਰਨਾ ਹੈ, ਸਾਰਾ ਦਿਨ ਘਰ ਬੈਠਣਾ, ਤੁਸੀਂ ਘਰ ਬੈਠ ਕੇ ਕਰੋਗੇ ਕੀ, ਕਿੰਨੇ ਦਿਨ ਦੇ TV ਦੇਖ ਲਓਗੇ? ਤਾਂ ਇਹ ਥੋੜ ਕੇ ਸਾਨੂੰ ਕੁਛ ਨਾ ਕੁਛ ਲਿਖਦੇ ਰਹਿਣਾ ਚਾਹੀਦਾ ਹੈਗਾ। ਮਨ 'ਚ ਵਿਚਾਰ ਤਾਂ ਬੜੇ ਸੀ ਪਿਛਲੇ 2-3 ਸਾਲ ਦੇ, ਕੁਛ ਇਸ਼ੂ ਵੀ ਕੁਛ ਇਸ ਤਰ੍ਹਾਂ ਦੇ ਰਹੇ, ਰਾਜਨੀਤਿਕ ਇਸ਼ੂਸ ਹੈਗੇ ਸੀ ਕੁਛ, ਅਤੇ ਬਸ ਉਹ ਮਨ ਦੀ ਭਾਵਨਾਵਾਂ ਨੇ ਕਲਮ ਦਾ ਰੂਪ ਲੈ ਲਿੱਤਾ ਜਾ ਕੇ, ਜੋ ਮੇਰੇ ਮਨ 'ਚ ਵਿਚਾਰ ਆਉਂਦੇ ਰਹੇ, ਕੁਛ ਰਾਜਨੀਤਿਕ ਵਿਚਾਰ ਔਰ ਸਮਾਜ ਦੇ ਵਿੱਚ ਸਮਾਜ ਨੂੰ ਕਿਸ ਤਰ੍ਹਾਂ ਹੋਣਾ ਚਾਹੀਦਾ, ਜੇ ਲੋਕ ਹੈ ਉਹ ਸਮਾਜਿਕ ਜੀਵਨ ਦੇ ਵਿੱਚ ਕਿਵੇਂ ਰਹਿਣਾ ਚਾਹੀਦਾ ਉਹਨਾਂ ਨੂੰ, ਉਸ ਗੱਲਾਂ ਨੇ ਬੇਸਿਕਲੀ ਜਾ ਕੇ ਇੱਕ ਲੇਖਣੀ ਦਾ ਰੂਪ ਲੈ ਲਿੱਤਾ। ਅਤੇ ਬਸ ਉਹ ਮੈਂ ਤਾਂ ਹੁਣ ਇਹੀਓ ਗੱਲ ਇੱਕ ਕਹਾਂਗਾ ਕਿ ਮੈਂ ਕਵਿਤਾਵਾਂ ਇਹ ਲਿਖੀਆਂ ਨਹੀਂ ਹੈਗੀਆਂ, ਇਹ ਈਸ਼ਵਰ ਦੀ ਪ੍ਰੇਰਨਾ ਨਾਲ ਮੇਰੇ ਮਨ ਦੇ ਵਿੱਚ ਆਈਆਂ ਸਾਰੀਆਂ ਕਵਿਤਾਵਾਂ। ਔਰ ਮੈਨੂੰ ਇਹਨਾਂ ਨੂੰ ਇੱਕ ਬੜੀ ਸੱਚਾਈ ਨਾਲ ਮੈਂ ਅਸੈਪਟ ਕਰਨਾ ਵਾਂ ਕਿ ਇਹਨੂੰ ਲਿਖਣ ਲਈ ਮੈਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ। ਜਦੋਂ ਵੀ ਮੈਂ ਕਾਪੀ ਪਕੜੀ ਹੈ ਔਰ ਪੈੱਨ ਪਕੜੇ ਆ, ਮੇਰੇ ਖਿਆਲ 5 ਤੋਂ 7 ਮਿੰਟ ਦੇ ਵਿੱਚ ਮੈਂ ਕਵਿਤਾ ਲਿਖ ਦਿੱਤੀ ਹੈ। ਐਂਡ ਦਿਸ ਇਜ਼ ਵੈਰੀ ਸਰਪ੍ਰਾਈਜ਼ਿੰਗ ਟੂ ਮੀ ਆਲਸੋ ਕਿ ਬਈ ਫਟਾਫਟ ਹੀ ਕਵਿਤਾ, ਸਿਰਫ ਇੱਕ ਕਵਿਤਾ ਐਸੀ ਸੀ ਜਿਹਨੂੰ ਲਿਖਣ 'ਚ ਮੈਨੂੰ 2 ਮਹੀਨੇ ਲੱਗ ਗਏ ਕਿਉਂਕਿ 2 ਲਾਈਨਾਂ ਮੇਰੇ ਮਨ ਦੇ ਵਿੱਚ ਆਈਆਂ ਜ਼ਰੂਰ, ਬਟ ਉਹਦੇ ਬਾਅਦ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਲਿਖਣਾ ਕੀ ਹੈ। ਉਹ ਕਵਿਤਾ ਭਗਵਾਨ ਸ਼ਿਵ 'ਤੇ ਸੀ, ਸ਼ਿਵ ਨਿਰੰਤਰ ਯੁਵਾ ਹੈ ਮਨ ਸੇ ਵਚਨ ਸੇ ਕਰਮ ਸੇ, ਇਹ ਮੈਂ 2 ਲਾਈਨਾਂ ਲਿਖ ਦਿੱਤੀਆਂ, ਪਰ ਉਹਦੇ ਬਾਅਦ ਮੈਨੂੰ ਨਹੀਂ ਸਮਝ ਆਇਆ ਕਿ ਮੈਂ ਇਹ ਕਵਿਤਾ ਨੂੰ ਅੱਗੇ ਲਿਖਣਾ ਕੀ ਹੈ। ਔਰ ਇੱਕ ਦਿਨ ਵੀ ਈਸ਼ਵਰ ਦੀ ਹੀ ਮੈਂ ਗੱਲ ਕਹਾਂਗਾ ਕਿ ਇੱਕ ਦਿਨ ਸਵੇਰੇ ਮੈਂ 4 ਵਜੇ ਉੱਠ ਗਿਆ, ਅਚਾਨਕ ਮੇਰੀ ਨੀਂਦ ਖੁੱਲ ਗਈ ਔਰ ਉੱਠਦੇ ਸਭ ਤੋਂ ਪਹਿਲੇ ਮੈਂ ਕੀ ਕੀਤਾ ਕਿ ਉਹ ਕਵਿਤਾ ਪਕੜੀ, ਉਹਨੂੰ ਲਿਖਣਾ ਸ਼ੁਰੂ ਕਰ ਦਿੱਤਾ ਔਰ ਵਿਦਇਨ 10 ਮਿੰਟਸ ਉਹ ਮੈਂ ਕਵਿਤਾ ਲਿਖ ਦਿੱਤੀ। ਉਹ ਪੜ੍ਹ ਕੇ ਦੱਸਣੀ ਪਏਗੀ ਤੁਹਾਨੂੰ। ਲਿਖਣ ਦਾ ਸਭ ਤੋਂ ਪਹਿਲਾ ਕਾਰਨ ਸੀ ਕਿ ਮੈਂ ਆਪਣੀ ਵਾਈਫ ਪ੍ਰੇਰਨਾ ਦੇ ਨਾਮ 'ਤੇ ਇਸ ਪੁਸਤਕ ਦਾ ਨਾਮ ਰੱਖਣਾ ਚਾਹੁੰਦਾ ਸੀ। ਅਤੇ ਔਰ ਵੈਸੇ ਵੀ ਇਹ ਕਵਿਤਾਵਾਂ ਜੋ ਮੇਰੇ ਮਨ ਦੇ ਵਿੱਚ ਪੈਦਾ ਹੋਈ ਹੈ, ਇਹ ਈਸ਼ਵਰ ਦੀ ਪ੍ਰੇਰਨਾ ਨਾਲ ਹੀ ਪੈਦਾ ਹੋਈ ਹੈ। ਸੋ ਇਹ 2 ਕਾਰਨ ਦੇ ਨਾਲ ਹੀ ਮੈਂ ਇਸ ਪੁਸਤਕ ਦਾ ਨਾਮ ਪ੍ਰੇਰਨਾ ਲਿਖੀ ਕਹਿੰਦਾ ਰੱਖਿਆ ਹੈਗਾ। ਔਰ ਅਗਲੀ ਪੁਸਤਕ 'ਤੇ ਵੀ ਅੱਧੇ ਤੋਂ ਜ਼ਿਆਦਾ ਕੰਮ ਹੋ ਚੁੱਕਾ ਹੋਇਆ ਮੈਂ ਆਸ਼ਾ ਕਰਾਂਗਾ ਕਿ ਅਗਲੇ ਸਾਲ ਆਪਾਂ ਅਗਲੀ ਪੁਸਤਕ ਨੂੰ ਵੀ ਲਾਂਚ ਕਰ ਪਾਏ।
भगवान शिव की एक तरह की आराधना है, उन्हां दी प्रेज है। शिव निरंतर युवा है, मन से विचार से कर्म से। देवता दानव यक्ष किन्नर भूत प्रेत मानव पशु जो भी है इस ब्रह्मांड में और जिसमें है जीवन, वो जो भी है जैसा भी है एक ना दिखने वाली डोर से डोर में फंसा है, चाहते हुए या अनजाने में किसी ना किसी माध्यम से शिव से ही बंधा। मानव संरचना का सिद्धांत जो जीवन का सार है, जो अपरंपार है, इस रहस्य को जाने बिना जो जी रहे हैं जीवन, वो वास्तु में अंधकार है। वो ज्ञान जो दिया गया उन महान सप्त ऋषियों को, जो आज भी छुपा है और शिव से ही जुड़ा है। उस महान तपस्वी का जो है अखंड समाधि लिए, क्रोध से जिसके धरा कांपती जार जार है, पर फिर भी है बहुत बोला। भक्ति का सिरमौर है जीवन के सभी रहस्य, ब्रह्मांड की सारी शक्ति शिव जिसने भी बनाई है वो शिव में ही समाई है। उस हलाहल विष को है कंठ में जो धारण किए, नाग है जिसके आभूषण मस्तक पर चंद्र विद्यमान है, राख से श्रृंगार हुआ है कैलाश जिसका स्थान है, त्रिशूल को धारण किया है बागंबर को ओढ़ा है, ऐसे त्रिलोक के स्वामी को कोटि कोटि प्रणाम है। शिव निरंतर युवा है, देह से वचन से धर्म से। आवाजी कॉम टीवी लिए अमरसर तो हिमांशु शर्मा की रिपोर्ट।